ਹਰਦੀਪ ਸਿੰਘ ਨਿਜਰ ਦੇ ਮਾਮਲੇ 'ਚ ਦੂਜੇ ਦੇਸ਼ਾਂ ਦੇ ਵੀ ਬਿਆਨ ਆਏ ਸਾਹਮਣੇ ਮੇਰੇ ਤੇ ਟਰੂਡੋ ਵਿਚਾਰ ਹੋ ਰਹੀ ਹੈ ਲਗਾਤਾਰ ਗੱਲਬਾਤ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਦਿੱਤਾ ਜਵਾਬ ਆਸਟ੍ਰੇਲੀਆਈ ਪੀਐਮ ਨੇ ਮਾਮਲੇ ਤੇ ਜੁਤਾਈ ਚਿੰਤਾ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ ਆਸਟ੍ਰੇਲੀਆਈ ਵਿਦੇਸ਼ ਮੰਤਰੀ ਨੇ ਪੋਸਟ ਕੀਤੀ ਸਾਂਝੀ ਸਸ਼ਿਆਕਾਲ ਜੀ ਮੈਂ ਹਾਂ ਗਗਨਦੀਪ ਸਿੰਘ ਨਾਟਪੁਰੀ ਤੁਸੀਂ ਜੁੜੇ ਹੋ ਸਿੱਖ ਚੈਨਲ ਦੇ ਨਾਲ ਪਿਛਲੇ ਦਿਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਪਾਰਲੀਮੈਂਟ ਵਿੱਚ ਸੰਬੋਧਨ ਕੀਤਾ ਗਿਆ ਸੀ ਕੈਨੇਡਾ ਵਿੱਚ ਜੋ ਹਰਦੀਪ ਸਿੰਘ ਨਿਜਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦੀ ਸੰਭਾਵਨਾ ਜਿਹੜੀ ਜਤਾਈ ਗਈ ਸੀ ਇਸ ਦੇ ਨਾਲ ਹੀ ਭਾਰਤੀ ਡਿਪਲੋਮੈਟ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ ਸੀ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਹੁਣ ਇਸ ਤੋਂ ਬਾਅਦ ਵੱਖ-ਵੱਖ ਦੇਸ਼ਾਂ ਦੇ ਲੀਡਰਾਂ ਦੇ ਬਿਆਨ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਜਸਤਰਾਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਹਰਦੀਪ ਸਿੰਘ ਨਿਜਰ ਦੇ ਬਾਰੇ ਪੀਐਮ ਟਰੂਡੋ ਦਾ ਬਿਆਨ ਜਿਹੜਾ ਸਾਹਮਣੇ ਆਇਆ ਹੈ ਤਾਂ ਉਹ ਆਪਣੇ ਜੋ ਭਾਈਵਾਲ ਨੇ ਦੇਸ਼ ਉਹਨਾਂ ਤੋਂ ਵੀ ਉਹਨਾਂ ਦੀ ਰਾਏ ਲੈਣੀ ਚਾਹੀਦੀ ਆ ਤੇ ਹੁਣ ਉਹਨਾਂ ਦੇ ਇੱਕ ਇੱਕ ਕਰਕੇ ਜਿਹੜੇ ਬਿਆਨ ਸਾਹਮਣੇ ਆ ਰਹੇ ਨੇ ਉਹ ਕੀ ਬਿਆਨਾਂ ਦੇ ਵਿੱਚ ਕਿਹਾ ਗਿਆ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰਾਂਗੇ ਇਸ ਮਾਮਲੇ ਦੇ ਵਿੱਚ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਦੇ ਐਥਨੀ ਅਲਬਾਨੀਜ਼ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਇਸ ਮਾਮਲੇ ਤੇ ਜਿਹੜੀ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਵਿਚਕਾਰ ਇਸ ਮਾਮਲੇ ਤੇ ਗੱਲਬਾਤ ਇਹ ਹੋਈ ਹੈ ਕਿ ਉਹ ਗੁਪਤ ਹੀ ਰੱਖਣਾ ਚਾਹੁੰਦੇ ਨੇ ਉਹ ਕਿਸੇ ਦੇ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਪਰ ਉਹ ਉਹਨਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਮੇਰੀ ਲਗਾਤਾਰ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਹੋ ਰਹੀ ਹੈ ਮੈਨੂੰ ਉਹਨਾਂ ਦੇ ਟੈਕਸ ਮੈਸੇਜ ਵੀ ਜਿਹੜੇ ਨੇ ਆ ਆਉਂਦੇ ਨੇ ਪਰ ਮੈਂ ਅੱਗੋਂ ਜਿਹੜਾ ਆ ਟੈਕਸਟ ਮੈਸੇਜ ਨਹੀਂ ਕਰਦਾ ਮੇਰੀ ਆਦਤ ਨਹੀਂ ਹੈ ਤੇ ਮੈਂ ਸਾਡੇ ਵਿਚਾਰ ਹੋਈ ਜਿਹੜੀ ਵਿਚਾਰ ਵਟਾਂਦਰੀਆਂ ਨੂੰ ਵੀ ਜਿਹੜਾ ਆ ਇਸ ਵੀਡੀਓ ਦੇ ਮਾਤਮ ਰਾਹੀਂ ਜਿਹੜਾ ਆ ਉਹ ਗੁਪਤ ਰੱਖਦਾ ਜਸਨ ਟਰੂਡੋ ਨੇ ਮੇਰੇ ਦੋਸਤ ਨੇ ਅਤੇ ਉਹ ਕੈਨੇਡਾ ਵਿੱਚ ਇੱਕ ਚੰਗੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਨੇ ਮੈਨੂੰ G20 ਵਿੱਚ ਉਹਨਾਂ ਦੇ ਨਾਲ ਜੁੜ ਕੇ ਜਿਹੜੀ ਖੁਸ਼ੀ ਹੋਈ ਹੈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਸਰਕਾਰ ਵੱਲੋਂ ਇਸ ਮਾਮਲੇ ਤੇ ਆਪਣੀ ਚਿੰਤਾ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ ਤੇ ਇਸ ਦੇ ਨਾਲ ਹੀ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਵੀ ਚਿੰਤਾ ਜਿਹੜੀ ਪ੍ਰਗਟਾਈ ਆ ਉੱਥੇ ਹੀ ਆਸਟ੍ਰੇਲੀਆਈ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਇਹ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਭਾਰਤ ਤੇ ਲਾਏ ਗਏ ਇਲਜ਼ਾਮ ਤੇ ਚਿੰਤਾਜਨਕ ਨੇ ਇਸ ਦੀ ਜਾਂਚ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਉਹ ਸਹਿਯੋਗੀਆਂ ਦੇ ਨਾਲ ਮਿਲ ਕੇ ਇਹ ਸਾਰੇ ਮਾਮਲੇ ਦੇ ਉੱਤੇ ਜਿਹੜੇ ਆ ਨਜ਼ਰ ਰੱਖ ਰਹੇ ਨੇ ਤੇ ਚਿੰਤਾ ਇਸ ਗੱਲ ਦੀ ਜਤਾਈ ਜਾ ਰਹੀ ਹੈ ਕਿ ਜੇਕਰ ਹਰਦੀਪ ਸਿੰਘ ਨੀਜਰ ਦਾ ਕਤਲ ਕੀਤਾ ਗਿਆ ਉੱਤੇ ਪਿੱਛੇ ਜਿਹੜਾ ਆ ਭਾਰਤ ਉੱਤੇ ਦੋਸ਼ ਦੋਸ਼ ਲੱਗ ਰਹੇ ਨੇ ਤਾਂ ਇਹ ਵੀ ਬਹੁਤ ਜਿਹੜੀ ਹੈ ਵੱਡੀ ਚਿੰਤਾ ਦਾ ਜਿਹੜਾ ਆ ਉਹ ਵਿਸ਼ਾ ਬਣਿਆ ਹੋਇਆ ਹੁਣ ਦੇਖਿਆ ਤਾਂ ਜਾਵੇਗਾ ਕਿ ਹਰਦੀਪ ਸਿੰਘ ਨਿੰਜਰ ਦੇ ਕਤਲ ਦੇ ਮਾਮਲੇ ਵਿੱਚ ਭਾਰਤ ਸਖਤ ਲੈਦੇ ਵਿੱਚ ਦਿਖਾਈ ਦੇ ਰਿਹਾ ਹਰਦੀਪ ਸਿੰਘ ਨਿੰਜਰ ਦੇ ਕਤਲ ਮਾਮਲੇ ਵਿੱਚ ਜੋ ਸਬੂਤ ਪੇਸ਼ ਕੀਤੇ ਜਾਣ ਬਿਨਾਂ ਵਜ੍ਹਾ ਤੋਂ આરોਪ ਨਾ ਲਾਏ ਜਾਣ ਭਾਰਤ ਸਰਕਾਰ ਵੱਲੋਂ ਅਜਿਹਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਨ ਐਸਏ ਅਜੀਤ ਟੋਪਾਲ ਨੇ ਵੀ ਨਵੀਂ ਸੰਸਦ ਦੇ ਵਿੱਚ ਗ੍ਰਹਿ ਮੰਤਰੀ ਦੇ ਨਾਲ ਜਿਹੜੀ ਹੈ ਮੁਲਾਕਾਤ ਕੀਤੀ ਹੈ ਇਸ ਮੁੱਦੇਲੇ ਦੇ ਉੱਤੇ ਗੱਲਬਾਤ ਕੀਤੀ ਹੈ ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਤੇ ਰਾਸ਼ਟਰੀ ਜੋ ਸੁਰੱਖਿਆ ਏਜੰਸੀ ਵਿਚਾਲੇ ਇੱਕ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਭਾਰਤ ਨੇ ਕੈਨੇਡਾ ਤੋਂ ਜਿਹੜੇ ਨੇ ਸਬੂਤ ਮੰਗੇ ਨੇ ਕਿ ਜੇਕਰ ਤੁਸੀਂ ਹਰਦੀਪ ਸਿੰਘ ਨੀਂਜਰ ਦੇ ਕਤਲ ਮਾਮਲੇ ਦੇ ਵਿੱਚ ਭਾਰਤ ਨੂੰ ਦੋਸ਼ੀ ਮੰਨਤੇ ਹੋ ਤਾਂ ਤੁਹਾਡੀਆਂ ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਨੇ ਤਾਂ ਸਾਨੂੰ ਪਹਿਲਾ ਸਬੂਤ ਦੇਵੋ ਤਾਂ ਇਸ ਤੋਂ ਬਾਅਦ ਜਿਹੜਾ ਹੈ ਭਾਰਤ ਸਬੂਤ ਜਿਹੜਾ ਦੇਵੇਗਾ ਤੇ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਨੇ ਸਾਫ ਸ਼ਬਦਾਂ ਵਿੱਚ ਇਹ ਕਿਹਾ ਹੈ ਕਿ ਕੈਨੇਡਾ ਭਾਰਤੀ ਖੂਫੀ ਏਜੰਸੀਆਂ ਤੇ ਲੱਗੇ ਦੋਸ਼ਾਂ ਨੂੰ ਤੱਥ ਦੇ ਆਧਾਰ ਤੇ ਜਿਹੜਾ ਆ ਉਹ ਪੇਸ਼ ਕਰੇ ਦੂਜੇ ਪਾਸਿਓ ਉਟਾਵਾ ਨੂੰ ਵੀ ਜਿਹੜਾ ਆ ਇਸ ਸੰਦੇਸ਼ ਦਿੱਤਾ ਗਿਆ ਕਿ ਭਾਰਤ ਸਬੂਤਾਂ ਦੇ ਆਧਾਰ ਤੇ ਕੈਨੇਡਾ ਦੀ ਜਾਂਚ ਚ ਸ਼ਾਮਲ ਹੋਣ ਲਈ ਵੀ ਜਿਹੜਾ ਤਿਆਰ ਹੈ ਜਿਸ ਤਰ੍ਹਾਂ ਟਰੂਡੋ ਨੇ ਭਾਰਤ ਦੇ ਸਹਿਯੋਗੀਆਂ ਅਮਰੀਕਾ ਤੇ ਆਸਟ੍ਰੇਲੀਆ ਦੇ ਇਸ ਮਾਮਲੇ ਵਿੱਚ ਜੋ ਗੋਹਾਰ ਲਈ ਹੈ ਤੇ ਉਸ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਨੇ ਇਸ ਕਤਲ ਦੇ ਨਾਲ ਜਿਹੜਾ ਭਾਰਤੀ ਖੂਫੀ ਏਜੰਸੀਆਂ ਦਾ ਕੋਈ ਲੈਣ ਤੇ ਨਹੀਂ ਹੈ ਪਰ ਜਸਟਨ ਟਰੂਡੋ ਜੋ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਸਿਰਫ ਖਦਸ਼ਾ ਇਹ ਪ੍ਰਗਟ ਕੀਤਾ ਹੈ ਇਹ ਦੋਸ਼ ਲਗਾਇਆ ਗਿਆ ਹੈ ਜਦਕਿ ਇਹ ਬਿਲਕੁਲ ਪ੍ਰੂਫ ਨਹੀਂ ਕੀਤਾ ਗਿਆ ਕਿ ਉਹਨਾਂ ਦਾ ਜਿਹੜਾ ਆ ਉਹ ਹੱਥ ਹੈ ਉਸ ਦੇ ਤੇ ਚਿੰਤਾ ਆ ਵੀ ਜੇਕਰ ਭਾਰਤ ਦਾ ਸਰਕਾਰ ਜਿਹੜੀ ਹੈ ਵਿਦੇਸ਼ਾਂ ਦੇ ਵਿੱਚ ਰਹਿ ਕੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਜੇ ਕਰਦੀ ਆ ਤਾਂ ਉਸ ਦੇ ਉੱਤੇ ਜਿਹੜੀ ਆ ਵੱਡੀ ਚਿੰਤਾ ਪਰ ਭਾਰਤ ਦੇ ਵਿੱਚ ਇਸ ਨੂੰ ਜਿਹੜਾ ਆ ਬੜਾ ਵਦਾ ਚੜਾ ਕੇ ਜਿਹੜਾ ਆ ਇਹ ਨੈਸ਼ਨਲ ਮੀਡੀਆ ਵੱਲੋਂ ਜਿਹੜਾ ਆ ਉਹ ਦੱਸਿਆ ਜਾ ਰਿਹਾ ਤੇ ਦੋਸ਼ੀ ਜੋ ਵੀ ਇਸ ਦੇ ਵਿੱਚ ਦੋਸ਼ ਨੇ ਉਹ ਬੇਪੁਨਿਆਤ ਹੋਣ ਦੇ ਨਾਲ-ਨਾਲ ਰਾਜਨੀਤੀ ਤੋਂ ਵੀ ਪ੍ਰੇਰਿਤ ਜਿਹੜੇ ਨੇ ਉਹ ਜਾਪਦੇ ਨੇ ਜਿੱਦਾਂ ਦਾ ਬਿਆਨ ਜਿਹੜਾ ਆ ਜਸਨ ਟਰੂਡੋ ਦਾ ਸਾਹਮਣੇ ਆਉਂਦਾ ਸੋ ਪੰਜਾਬ ਦੇ ਵਿੱਚ ਜੇਕਰ ਗੱਲ ਕਰੀਏ ਸਿੱਖਾਂ ਦੀ ਪੰਜਾਬ ਦੇ ਵਿੱਚ ਸਿੱਖਾਂ ਦੇ ਅਸਕ ਨੂੰ ਜਿਹੜੀ ਆ ਢਾਹ ਲਗਾਈ ਜਾ ਰਹੀ ਹੈ ਹਰ ਇੱਕ ਦੇ ਨਾਮ ਦੇ ਨਾਲ ਜਿਹੜਾ ਆ ਗੈਂਗਸਟਰ ਜਾਂ ਅੱਤਵਾਦੀ ਜਿਹੜਾ ਜੋੜਿਆ ਜਾ ਰਿਹਾ ਇਸ ਦੇ ਉੱਤੇ ਵੀ ਚਿੰਤਾ ਵੱਡੀ ਪਰ ਇੱਕ ਵੱਡੀ ਗੱਲ ਜਿਹੜੀ ਹੈ ਸਾਹਮਣੇ ਆਈ ਹੈ ਕਿ ਹਾ ਦਾ ਨਾਰਾ ਮਾਰਨ ਵਾਲੇ ਜਸਟਨ ਟਰੂਡੋ ਨੇ ਜਿਹੜੀ ਹੈ ਸੱਚ ਦੇ ਉੱਤੇ ਪੈਰਾ ਦਿੰਦੇ ਹੋਏ ਇਹ ਗੱਲ ਆਖ ਦਿੱਤੀ ਹੈ ਤੇ ਤੁਹਾਨੂੰ ਅ ਦੱਸਦੀ ਏ ਕਿ ਇਸ ਦੇ ਵਿੱਚ ਜਿਹੜੀ ਜਾਂਚ ਹੋਣੀ ਜ਼ਰੂਰੀ ਹੈ ਕੌਣ ਇਸ ਦੇ ਪਿੱਛੇ ਜੋ ਕਾਤਲ ਹੈ ਕੌਣ ਅਸਲੀ ਇਹਦਾ ਦੋਸ਼ੀ ਹੈ ਇਸ ਦੇ ਨਾਲ ਦੇ ਨਾਲ ਜੋ ਪਿਛਲੇ 2 ਸਾਲਾਂ ਦੇ ਵਿੱਚ ਸਿੱਧੂ ਮੁਸੇਵਾਲਾ ਦਾ ਕਤਲ ਦੀ ਜਾਂਚ ਹੋਣੀ ਚਾਹੀਦੀ ਹੈ ਸੰਦੀਪ ਸਿੱਧੂ ਦੀ ਜਿਹੜੀ ਹੈ ਕਤਲ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਸੰਦੀਪ ਅੰਬੀ ਨੰਗਲੀਆਂ ਦੀ ਅਤੇ ਹੋਰ ਜਿਹੜੇ ਗੈਂਗਸਟਰਾਂ ਵੱਲੋਂ ਮਾਰੇ ਗਏ ਜਿਹੜੇ નિર્ਦੋਸ਼ ਲੋਕ ਨੇ ਉਹਨਾਂ ਦੀ ਸਾਰਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਆਖਿਰਕਾਰ ਸਿੱਖਾਂ ਨੂੰ ਆਪ ਜਿਹੜਾ ਮਿਲਣਾ ਹੈ ਉਹ ਕਦੋਂ ਮਿਲੇਗਾ ਇਸ ਇਸ ਦੇ ਪਿੱਛੇ ਵੀ ਜਿਹੜਾ ਸਮਾਂ ਜਿਹੜਾ ਨਾ ਨਹੀਂ ਲੱਗਣਾ ਚਾਹੀਦਾ ਕਿਉਂਕਿ ਗੈਂਗਸਟਰ ਲਗਾਤਾਰ ਜੇਲਾਂ ਦੇ ਵਿੱਚੋਂ ਕਿਸੇ ਨਾ ਕਿਸੇ ਦੀ ਸ਼ਾਇਦ ਇਹ ਜਿਹੜੇ ਨੇ ਉਹ ਇੰਟਰਵਿਊ ਕਰਦੇ ਨਜ਼ਰ ਆ ਰਹੇ ਨੇ ਤੇ ਇੰਟਰਵਿਊ ਦੀਆਂ ਜਿਹੜੀਆਂ ਵੀਡੀਓ ਲਗਾਤਾਰ ਜਿਹੜੀਆਂ ਨੇ ਉਹ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਨੇ ਤੇ ਇਸ ਤੇ ਵੀ ਜਿਹੜਾ ਸਵਾਲੀਆ ਨਿਸ਼ਾਨ ਜਿਹੜਾ ਆ ਵੱਡਾ ਪੈਦਾ ਹੁੰਦਾ ਆ ਸੋ ਇਸ ਦੇ ਉੱਤੇ ਜਿਹੜੀ ਆ ਤੁਹਾਡੀ ਆਪ ਦੀ رائے ਵੀ ਤੁਸੀਂ ਸਾਡੇ ਨਾਲ ਜਰੂਰ ਸਾਂਝੀ ਕਰੋ ਕਮੈਂਟ ਬਾਕਸ ਦੇ ਵਿੱਚ ਸਾਨੂੰ ਆਪਣੇ ਇਸ ਪੋਸਟ ਬਾਰੇ ਜੋ ਵੀ ਤੁਹਾਡੇ ਜਜ਼ਬਾਤ ਨੇ ਅਲਫਾਜ਼ ਨੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰਨਾ ਨਾ ਭੁੱਲਣਾ ਇਸ ਪੋਸਟ ਬਾਰੇ ਆਪਣੀ ਰਾਇ ਜਰੂਰ ਦੇਣਾ ਪੋਸਟ ਨੂੰ ਸਾਂਝਾ ਕਰਨਾ ਸੋ ਵੱਧ ਤੋਂ ਵੱਧ ਤੇ ਸਾਡੇ YouTube Facebook ਤੇ Instagram ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਖਬਰ ਤੇ ਰੱਖਾਂਗੇ ਨਜ਼ਰ ਬਣੇ ਰਹੋ ਸੇਖ ਚੈਨਲ ਦੇ ਨਾਲ